ਅੱਜ ਤੋਂ 3 ਸਾਲ ਪਹਿਲਾਂ ਅੱਜ ਦੇ ਹੀ ਦਿਨ ਫਰੀਦਕੋਟ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਬਣੇ ਗੁਰਦੁਆਰਾ ਸਾਹਿਬ ਤੋਂ ਕਿਸੇ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੋਰੀ ਕਰ ਲਿਆ ਗਿਆ ਸੀ ਅਤੇ ਇਸ ਦੇ ਕਰੀਬ 4 ਮਹੀਨਿਆਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗਾਂ ਦੀ ਬੇਅਦਬੀ ਕਰਕੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਅਤੇ ਗਲੀਆਂ ਦੇ ਵਿੱਚ ਅੰਗ ਖਿਲਾਰੇ ਗਏ ਸਨ, ਜਿਸ ਤੋਂ ਬਾਅਦ ਸਮੂਹ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ। ਪਰ 3 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਬੇਅਦਬੀ ਮਾਮਲੇ ਦੇ ਵਿੱਚ ਅਤੇ ਸਰੂਪ ਚੋਰੀ ਮਾਮਲੇ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਹਾਲਾਂਕਿ ਇਸ ਮਾਮਲੇ ਦੇ ਲਈ ਜਾਂਚ ਕਮਿਸ਼ਨ ਵੀ ਆਏ ਅਤੇ ਇਸ ਦੀ ਪੜਤਾਲ ਦੇ ਲਈ CBI ਵੀ ਲੱਗੀ ਹੋਈ ਹੈ, ਪਰ ਨਤੀਜਾ ਸਿਫਰ ਹੀ ਨਜ਼ਰ ਆ ਰਿਹਾ ਹੈ। ਇਸ ਰੋਸ ਦੇ ਚੱਲਦਿਆਂ ਬਰਗਾੜੀ ਦੇ ਵਿੱਚ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਥੇਦਾਰ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਪਛਤਾਤਾਪ ਸਮਾਰੋਹ ਕਰਵਾਇਆ ਗਿਆ, ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਸ਼ਾਮਿਲ ਹੋਏ। ਇਸ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਨਜ਼ਰ ਆਏ, ਜਿਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ। ਇਸ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਸੁਖਪਾਲ ਖਹਿਰਾ, ਵਿਧਾਇਕ ਕੁਲਤਾਰ ਸੰਧਵਾਂ, ਬਲਜਿੰਦਰ ਕੌਰ ਵਿਧਾਇਕ, ਪ੍ਰੋਫੈਸਰ ਸਾਧੂ ਸਿੰਘ ਮੈਂਬਰ ਪਾਰਲੀਮੈਂਟ ਅਤੇ ਸਿਮਰਨਜੀਤ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਸਿਰਫ ਪਛਤਾਤਾਪ ਸਮਾਗਮ ਦੇ ਵਿੱਚ ਰੋਸ ਜ਼ਾਹਿਰ ਕਰਨ ਦੇ ਲਈ ਸ਼ਾਮਿਲ ਹੋਏ ਨੇ ਅਤੇ ਉਹਨਾਂ ਦਾ ਕੋਈ ਸਿਆਸੀ ਮਕਸਦ ਨਹੀਂ ਹੈ। ਇਸ ਮੌਕੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਨੇ ਬੇਅਦਬੀ ਮਾਮਲੇ ਦੇ ਪਿੱਛੇ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਇਸ ਪੂਰੇ ਮਾਮਲੇ ਨੂੰ ਇੱਕ ਗਿਣੀ ਮਿਥੀ ਸਾਜਿਸ਼ ਦੱਸਿਆ ਹੈ। ਦੇਖੋ, ਅਸੀਂ ਅਫਸੋਸ ਕਰਨ ਆਏ ਹਾਂ ਕਿ 3 ਸਾਲ ਬੀਤ ਗਏ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨੂੰ, ਔਰ ਉਹਦੇ 'ਚ ਪਹਿਲਾਂ ਬਾਦਲ ਜ਼ਿੰਮੇਵਾਰ ਸੀਗੇ, ਲੇਕਿਨ ਹੁਣ 14 ਮਹੀਨਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀ ਕਦਮ ਨਹੀਂ ਚੁੱਕਿਆ। ਠੀਕ ਹੈ, ਉਹਨਾਂ ਨੇ ਕਮਿਸ਼ਨ ਬਣਾ ਦਿੱਤਾ ਵਾ, ਅਸੀਂ ਉਸ ਕਮਿਸ਼ਨ ਦੀ ਰਿਪੋਰਟ ਦਾ ਇੰਤਜ਼ਾਰ ਕਰਾਂਗੇ, ਲੇਕਿਨ ਜਿਹੜੀ ਅਣਪਛਾਤੇ ਬੰਦਿਆਂ ਦੇ ਖਿਲਾਫ FIR ਹੈ, ਜਿਨ੍ਹਾਂ ਨੇ 2 ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਉਹਨੂੰ ਤਾਂ ਨਹੀਂ ਰੋਕਦਾ ਅਮਰਿੰਦਰ ਸਿੰਘ ਨੂੰ ਉਹ ਬੰਦੇ ਨਾਮਜ਼ਦ ਕੀਤੇ ਜਾਣ। ਇਹ ਇੱਕ ਸਾਜਿਸ਼ ਦੇ ਤਹਿਤ ਹੋ ਰਿਹਾ ਵਾ, ਕਿਉਂਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਅਤੇ ਸਰਕਾਰ ਪੁਲਿਸ ਦਾ ਨਿਜ਼ਾਮ ਛੱਡ ਕੇ ਗਈ ਸੀਗੀ, ਉਹੀ ਪੁਲਿਸ ਦਾ ਨਿਜ਼ਾਮ ਅਮਰਿੰਦਰ ਸਿੰਘ ਨੇ ਅੱਗੇ ਕੈਰੀ ਫੋਰਵਰਡ ਕੀਤਾ, ਔਰ ਅਮਰਿੰਦਰ ਸਿੰਘ ਕਿਸੇ ਪੁਲਿਸ ਵਾਲੇ ਦੇ ਖਿਲਾਫ ਕੋਈ ਐਕਸ਼ਨ ਲੈਣ ਨੂੰ ਤਿਆਰ ਨੀਗੇ। ਅਮਰਿੰਦਰ ਸਿੰਘ ਹਰ ਦੋਸ਼ੀ ਨੂੰ ਪੰਜਾਬ ਦੇ ਵਿੱਚ ਬਚਾਉਂਦੇ ਨੇ, ਔਰ ਇਹ ਤਾਂ ਇੱਕ ਐਡਾ ਵੱਡਾ ਅਵੱਗਿਆ ਕਰ ਰਹੇ ਨੇ, ਉੱਦਾਂ ਵੈਸੇ ਗੁਟਕਾ ਸਾਹਿਬ ਤੋਂ ਫੜ ਕੇ ਸਹੁੰ ਖਾਂਦੇ ਨੇ ਦਮਦਮਾ ਸਾਹਿਬ ਵੱਲ ਨੂੰ ਲੋਕਾਂ ਨੂੰ ਯਕੀਨ ਦਿਵਾਉਣ ਵਾਸਤੇ, ਲੇਕਿਨ ਜਦੋਂ 2 ਸਿੱਖ ਨੌਜਵਾਨ ਮਾਰੇ ਗਏ ਬਹਿਬਲ ਕਲਾਂ ਦੇ ਵਿੱਚ, ਉਹਨਾਂ ਦੇ ਦੋਸ਼ੀਆਂ ਨੂੰ ਅੱਜ ਤੱਕ ਕਿਉਂ ਨਹੀਂ ਫੜਿਆ ਗਿਆ? ਕੋਈ ਰੋਕ ਨਹੀਂ ਗੀ, ਕੋਈ ਸਟੇ ਨਹੀਂ ਗੀ, ਕਮਿਸ਼ਨ ਨੇ ਰੋਕ ਨਹੀਂ ਲਾਈ। ਉਹਨਾਂ ਸਾਡੀ ਅੱਜ ਦੇ ਇਸ ਵਿੱਚ ਇੱਕ ਵੱਡਾ ਮਤਾ ਪਾਸ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੁਰੰਤ ਦੋਸ਼ੀ ਪੁਲਿਸ ਵਾਲਿਆਂ ਨੂੰ ਔਰ ਉਹਨਾਂ ਪੁਲਿਸ ਵਾਲਿਆਂ ਨੂੰ ਕਿਹਨਾਂ ਨੇ ਹੁਕਮ ਦਿੱਤੇ ਗੋਲੀ ਚਲਾਉਣ ਦੇ ਸ਼ਾਂਤਮਈ ਇੱਕ ਪ੍ਰਦਰਸ਼ਨ 'ਤੇ, ਉਹਨਾਂ ਦੇ ਖਿਲਾਫ FIR ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਅਤੇ ਤੁਰੰਤ ਗ੍ਰਿਫਤਾਰੀ ਮੰਗ ਕੀਤੀ ਜਾਵੇ। ਦੂਜੀ ਗੱਲ ਕਿ ਅੱਜ ਇੱਕ ਵਾਤਾਵਰਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਪੈਦਾ ਹੋ ਗਿਆ ਕਿ ਸਾਡੇ ਕੋਲੋਂ ਸਾਡੇ ਪੰਜਾਬ ਨੂੰ ਇਹਨਾਂ ਨੇ ਪਹਿਲਾਂ ਵਿੱਦਿਆ ਖੋਈ, ਇਹਨਾਂ ਨੇ ਸਿਹਤ ਸੇਵਾਵਾਂ ਖੋਈਆਂ, ਇਹਨਾਂ ਨੇ ਰੁਜ਼ਗਾਰ ਖੋਇਆ, ਔਰ ਅੱਜ ਇਹਨਾਂ ਨੇ ਸਾਡੇ ਕੋਲੋਂ ਰਹਿੰਦਾ ਖੁੰਦਾ ਪਾਣੀ ਵੀ ਖੋ ਲਿਆ ਵਾ। ਅੱਜ ਪੰਜਾਬ ਦੀਆਂ ਸਾਰੀਆਂ ਨਹਿਰਾਂ ਵਿੱਚ ਪ੍ਰਦੂਸ਼ਿਤ ਪਾਣੀ ਜਾ ਰਿਹਾ, ਜ਼ਹਿਰੀਲਾ ਪਾਣੀ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਮਹਿਜ਼ ਬਿਆਨਬਾਜ਼ੀ ਕਰਦੇ ਨੇ, ਐਕਸ਼ਨ ਕੋਈ ਕਰਨ ਨੂੰ ਤਿਆਰ ਨਹੀਂ। ਅੱਜ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ 'ਤੇ ਸਰਹੰਦ ਫੀਡਰ ਦੇ ਰਾਹੀਂ ਟੋਟਲ ਬੁੱਢੇ ਨਾਲੇ ਸਮੇਤ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਜ਼ਹਿਰ ਜਿਹੜਾ ਉਹ ਲੋਕਾਂ ਨੂੰ ਪੀਣ 'ਤੇ ਮਜਬੂਰ ਕੀਤਾ ਜਾ ਰਿਹਾ।
ਅੱਜ ਤੋਂ ਪਹਿਲਾਂ ਕੋਈ ਜ਼ਿਆਦਾ ਰੇਟਾਂ ਨਹੀਂ ਦਿਖਾਈ ਗਈ ਇਸ ਮਸਲੇ ਵਿੱਚ, ਕੀ ਇਹ ਮੰਨਿਆ ਜਾ ਸਕਦਾ ਕਿ ਪੂਰੀ ਅਲਾਈਅੰਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਦਲ ਵਿਰੋਧੀ ਪਾਰਟੀਆਂ ਦੇ? ਨਹੀਂ, ਅੱਜ ਇਹ ਕੋਈ ਅਲਾਈਅੰਸ ਵਾਲਾ ਕੰਮ ਨਹੀਂ ਸੀ। ਰੋਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਤੇ ਉਹ ਸਿੱਖ ਨੌਜਵਾਨਾਂ ਦੀ ਅਤੇ ਪਲੱਸ ਸਿੱਖਾਂ ਦੇ ਜਿਹੜੇ ਜੇਲ੍ਹਾਂ ਵਿੱਚ ਆਪਣੀਆਂ ਕੈਦਾਂ ਪੂਰਾ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਦੀ ਮੰਗ, ਤਿੰਨ ਮੰਗਾਂ ਸੀ ਇਸ ਸਟੇਜ ਦੇ ਉੱਤੇ ਜਿਹਨੂੰ ਅਸੀਂ ਪਹਿਲਾਂ ਗੱਲ ਕਰਕੇ ਆਏ ਸੀਗੇ। ਅਸੀਂ ਅੱਜ ਨਰੋਲ ਗੁਰੂ ਗ੍ਰੰਥ ਸਾਹਿਬ ਦੇ ਇਸ਼ੂ 'ਤੇ ਇਕੱਠੇ ਹੋਏ ਹਾਂ। ਅੱਜ ਕੋਈ ਇਹ ਰਾਜਨੀਤਿਕ ਮਾਹੌਲ ਅਤੇ ਮੰਚ ਨਹੀਂ ਗਾ, ਪਰ ਹਾਂ ਮੈਂ ਮਹਿਸੂਸ ਕਰਦਾ ਵਾਂ ਕਿ ਦੋਨੋਂ ਪਾਰਟੀਆਂ ਨੇ ਪੰਜਾਬ ਨੂੰ ਵਾਰੋ ਵਾਰੀ ਲੁੱਟਿਆ ਵਾ। ਠੀਕ ਆ, ਸ਼ਾਹਕੋਟ ਜਿੱਤ ਗਏ ਹੋਣਗੇ ਜਿਮਨੀ ਚੋਣ ਇੱਕ ਸਰਕਾਰ ਦੇ ਅਸਰ ਨਾਲ, ਲੇਕਿਨ ਪੰਜਾਬ ਦੇ ਲੋਕ ਅੱਜ ਤਰਸ ਰਹੇ ਨੇ ਅਤੇ ਤੀਸਰਾ ਵਿਕਲਪ ਭਾਲਦੇ ਨੇ। ਤਾਂ ਮੈਂ ਸਮਝਦਾ ਕਿ ਸਾਰੀਆਂ ਲਾਈਕ ਮਾਈਂਡਡ ਪਾਰਟੀਜ਼, ਲਾਈਕ ਮਾਈਂਡਡ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਇੱਕ ਪਲੈਟਫਾਰਮ 'ਤੇ ਆਉਣ ਦੀ ਲੋੜ ਹੈ, ਤਾਂ ਕਿ ਇਹਨਾਂ ਦੋਨਾਂ ਟੱਬਰਾਂ ਦਾ ਰਾਜ ਜਿਹੜਾ ਕਈ ਦਹਾਕਿਆਂ ਤੋਂ ਆ ਬਾਦਲ ਅਤੇ ਅਮਰਿੰਦਰ ਦਾ, ਇਹਦਾ ਅੰਤ ਕੀਤਾ ਜਾ ਸਕੇ। ਪਛਚਾਤਾਪ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਅਤੇ ਇੱਕ ਨਵਾਂ ਸਿਆਸੀ ਗੰਢਜੋੜ ਸਾਹਮਣੇ ਆਉਣ ਦੀਆਂ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਨੇ। ਕੋਟਕਪੁਰਾ ਤੋਂ ਗੁਰਪ੍ਰੀਤ ਔਲਖ ਦੀ ਰਿਪੋਰਟ।